ਜਿੱਥੇ ਇੱਕ ਪਾਸੇ ਸਰਕਾਰਾਂ ਵੱਲੋਂ ਲਗਾਤਾਰ ਜਿਹੜੇ ਆ ਵਾਅਦੇ ਕੀਤੇ ਜਾਂਦੇ ਨੇ ਕਿ ਉਹ ਗਰੀਬ ਲੋਕਾਂ ਵਾਸਤੇ ਅਲੱਗ ਅਲੱਗ ਸਕੀਮਸ ਲਿਆ ਰਹੇ ਨੇ, ਗਰੀਬ ਲੋਕਾਂ ਨੂੰ ਜਿਹੜਾ ਹੈ ਵਜ਼ੀਫੇ ਦੇ ਰਹੇ ਨੇ, ਅਤੇ ਉਹਨਾਂ ਦੀਆਂ ਪਿਛਲੀਆਂ ਜਿਹੜੀਆਂ ਬਿਜਲੀ ਦੇ ਬਿੱਲ ਨੇ ਜਾਂ ਫਿਰ ਉਹਨਾਂ ਦੇ ਪਾਣੀ ਦੇ ਬਿੱਲ ਨੇ ਉਹ ਮਾਫ਼ ਕੀਤੇ ਜਾਂਦੇ ਨੇ। ਇਹ ਗੱਲ ਜਿਹੜੀ ਹੈ ਇਹ ਚੰਨੀ ਸਰਕਾਰ ਵੇਲੇ ਵੀ ਜਿਹੜਾ ਕੀਤੀ ਗਈ ਸੀ, ਹੁਣ ਮੌਜੂਦਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਵੱਲੋਂ ਵੀ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ, ਪਰ ਕਿਤੇ ਨਾ ਕਿਤੇ ਇਹ ਵਾਅਦੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਕੀਤੇ ਜਿਹੜੇ ਆ ਉਹ ਨਜ਼ਰ ਆਉਂਦੇ ਨੇ, ਕਿਤੇ ਨਾ ਕਿਤੇ ਸਿਰਫ ਮੀਡੀਆ ਅੱਗੇ ਗੱਲਾਂ ਹੁੰਦੀਆਂ ਨੇ। ਅੱਜ ਜੋ ਮਾਮਲਾ ਸਾਹਮਣੇ ਆਇਆ ਹੈ, ਇੱਕ ਗਰੀਬ ਪਰਿਵਾਰ ਜੋ ਕਿ ਹੈਂਡੀਕੈਪ ਪਰਿਵਾਰ ਹੈ ਅਤੇ ਜੁੱਤੀਆਂ ਗੰਢ ਕੇ ਜਿਹੜਾ ਹੈ ਉਹ ਆਪਣਾ ਗੁਜ਼ਾਰਾ ਕਰਦੇ ਨੇ, ਉਹਨਾਂ ਨੂੰ ਬਿਜਲੀ ਬੋਰਡ ਵੱਲੋਂ  1 ਲੱਖ ਤੋਂ ਵੱਧ ਦਾ ਬਿੱਲ ਜਿਹੜਾ ਭੇਜ ਦਿੱਤਾ ਗਿਆ। ਹਾਲਾਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬਿਜਲੀ ਬੋਰਡ ਜਾ ਕੇ ਗੱਲ ਵੀ ਕਹੀ ਹੈ ਕਿ ਅਸੀਂ ਗਰੀਬ ਹਾਂ, ਅਸੀਂ ਇਹ ਬਿੱਲ ਨਹੀਂ ਭਰ ਸਕਦੇ, ਪਰ ਫਿਰ ਵੀ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੀ ਇੱਕ ਵੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਗਈ ਅਤੇ ਸਾਨੂੰ ਉੱਥੋਂ ਦੀ ਬਾਹਰ ਭੇਜ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹ ਬਿੱਲ ਤੁਹਾਨੂੰ ਭਰਨਾ ਪਵੇਗਾ। ਹਾਂਜੀ ਵੀਰ ਜੀ, ਕੀ ਨਾਮ ਹੈ? ਰੋਸ਼ਨ ਸਿੰਘ ਸਰ। ਰੋਸ਼ਨ ਸਿੰਘ ਜੀ, ਕੀ ਕੰਮ ਕਰਦੇ ਜੋ? ਜੋੜਿਆਂ ਦਾ ਕੰਮ ਕਰਦਾ ਸਰ। ਅਪਾਹਿਜ ਜਨਮ ਤੋਂ ਜੋ? ਹਾਂਜੀ। ਕੀ ਮਾਮਲਾ, ਤੁਸੀਂ ਮੀਡੀਆ ਦੇ ਸਾਹਮਣੇ ਆ ਰਹੇ ਜੋ? ਮੀਡੀਆ ਸਾਹਮਣੇ ਇਸ ਕਰਕੇ ਆ ਰਹਾ ਤੇ ਮੈਨੂੰ ਨੋਟਿਸ ਗੱਲ ਕੱਟਿਆ ਨੇ। ਕਿੰਨਾ ਨੇ ਘੱਲਿਆ ਹੈ? ਦੂਰਿਆਂ ਨੇ ਕੀ ਬਿਜਲੀ ਵਾਲਿਆਂ ਨੇ। ਕਿੰਨੇ ਦਾ ਨੋਟਿਸ ਘੱਲਿਆ ਹੈ? 1,18,000 ਰੁਪਏ। ਤੇ ਤੁਸੀਂ ਪੁੱਛਿਆ ਨਹੀਂ ਆ ਬਿਜਲੀ ਵਾਲਿਆਂ ਨੂੰ ਵੀ ਕਾਹਦਾ ਨੋਟਿਸ ਆ, ਕਿਸ ਬੇਸ ਤੇ ਘੱਲਿਆ? ਪਹਿਲਾ ਮੀਟਰ ਹੀ ਜਿਹੜਾ ਦੂਰਾ ਮੀਟਰ ਦੇ ਵਿੱਚ ਉਂਝਟਾ ਹੈ ਨਾ, ਉਹਦੇ ਕਰਕੇ ਘੱਲਿਆ ਜੀ। ਤੇ ਜਦੋਂ ਗਿਆ ਹੈ ਤੇਰੀ ਕੋਈ ਸੁਣਵਾਈ ਵਗੈਰਾ ਨਹੀਂ? ਸੁਣਵਾਈ ਨਹੀਂ ਸਰ ਹੋਈ। ਮਾਸਾ ਤਰਸ ਨਹੀਂ ਕੀਤਾ ਕਿ ਅਕਸਰ ਤੂੰ ਇੰਨੀ ਗਰਮੀ ਦੇ ਵਿੱਚ ਤੁਰ ਕੇ? ਨਹੀਂ, ਤਰਸ ਨਹੀਂ ਜੀ ਕੀਤਾ। ਕੀ ਮੰਗ ਕੀ ਕਰਦੇ ਜੋ? ਮੰਗ ਤੇ ਇਹੋ ਹੀ ਆ, ਬਿੱਲ ਮਾਫ ਹੋ ਜੇ ਸਰ। ਤੇ ਜਦੋਂ ਚੰਨੀ ਸਰਕਾਰ ਮੌਜੂਦਾ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ, ਉਦੋਂ ਤੁਸੀਂ ਉੱਥੇ ਜਿਹੜੇ ਬਿੱਲ ਦੀਆਂ ਮਾਫੀਆਂ ਲੱਗੀਆਂ ਉਦੋਂ ਭਰੇ ਨਹੀਂ ਸੀਗੇ? ਭਰ ਕੇ ਦੇ ਕੇ ਆਇਆ ਹਾਂ ਸਰ ਉੱਥੇ। ਤੇ ਹੁਣ ਜਦੋਂ ਜਾ ਕੇ ਪੁੱਛਿਆ, ਤੁਸੀਂ ਇਹ ਗੱਲ ਕਹੀ ਨਹੀਂ ਵੀ ਚੰਨੀ ਸਰਕਾਰ ਵੇਲੇ ਅਸੀਂ ਭਰ ਕੇ ਦੇ ਕੇ ਗਏ, ਸਾਡੀ ਮਾਫੀ ਵੀ ਲੱਗੀ ਆ? ਹਾਂਜੀ, ਮੈਂ ਕਿਹਾ ਸੀ ਤਾਂ ਸੁਣੀ ਨਹੀਂ ਕੋਈ। ਹਾਂਜੀ ਭੈਣ ਜੀ, ਕੀ ਨਾਮ ਹੈ ਆਪਣਾ? ਮੇਰਾ ਨਾਮ ਨਿਰਮਲ ਕੌਰ ਹੈ। ਨਿਰਮਲ ਕੌਰ ਜੀ, ਰੋਸ਼ਨ ਕੀ ਲੱਗਦਾ ਤੁਹਾਡਾ? ਮੇਰਾ ਜੇਠ ਹੈ ਜੀ। ਰੋਸ਼ਨ ਹੈਂਡੀਕੈਪ ਆ, ਉਹਦਾ ਕਹਿਣਾ ਹੈ ਮੀਡੀਆ ਨੂੰ ਕਹਿ ਰਿਹਾ ਵੀ ਮੈਨੂੰ ਜਿਹੜਾ ਬਿਜਲੀ ਮਹਿਕਮੇ ਨੇ ਨੋਟਿਸ ਭੇਜਿਆ 1,19,854 ਰੁਪਏ ਦਾ, ਕੀ ਮਾਮਲਾ ਹੈ ਸਾਰਾ? ਸਰ ਇਹਨਾਂ ਦਾ ਮਾਫ਼ ਹੋਣਾ ਚਾਹੀਦਾ ਕਿਉਂਕਿ ਦੋਵੇਂ ਜੀ ਹੈਂਡੀਕੈਪ ਆ ਸਰ, ਤੇ ਕੰਮ ਇਹਨਾਂ ਦਾ ਤੁਹਾਨੂੰ ਪਤਾ ਉਹੋ ਜਿਹੀ ਆ, ਜੁੱਤੀਆਂ ਪਾਲਿਸ਼ ਕਰਕੇ ਕੰਮ ਕਰਦਾ ਵਿਚਾਰਾ, ਇੱਕ ਛੋਟੀ ਜਿਹੀ ਇਹਨਾਂ ਦੀ ਬੱਚੀ ਆ, ਦੋਵੇਂ ਜੀ ਹੈਂਡੀਕੈਪ ਆ ਸਰ, ਇਹ ਬਿੱਲ ਇਹਨਾਂ ਨਹੀਂ ਤਾਰ ਸਕਦੇ, ਇਹਨਾਂ ਦਾ ਬਿੱਲ ਮਾਫ਼ ਹੋਣਾ ਚਾਹੀਦਾ ਜੀ। ਇਹ ਬਿਜਲੀ ਮਤਲਬ ਕਿ ਮੈਂ ਦਫ਼ਤਰ ਗਿਆ ਹੈ ਕਾਫੀ ਵਾਰ ਤੇ ਉਹਦਾ ਕਹਿਣਾ ਵੀ ਮੇਰੀ ਸੁਣਵਾਈ ਨਹੀਂ ਹੋਈ। ਹਾਂਜੀ, ਨਹੀਂ ਸੁਣੀ ਉਹਨਾਂ ਨੇ ਸਰ। ਮਾਮਲਾ ਕੀ ਆ, ਅੱਜ ਮੀਡੀਆ ਤੁਹਾਡੇ ਘਰ ਆਇਆ ਹੈ, ਕੋਈ ਉਹ ਰੋਸ਼ਨ ਕਹਿ ਰਿਹਾ ਵੀ ਸਾਨੂੰ ਬਿਜਲੀ ਬੋਰਡ ਨੇ ਜਿਹੜਾ ਇੱਕ ਨੋਟਿਸ ਭੇਜਿਆ ਹੈ? ਹਾਂ ਪੁੱਤ, ਉਹਨਾਂ ਭੇਜ ਦਿੱਤਾ ਵਾ, ਪਤਾ ਨਹੀਂ ਬਿੱਲ ਐਵੇਂ ਨਜਾਇਜ਼ ਹੀ ਸਾਨੂੰ ਪਾਤਾ ਤੇ ਅਸੀਂ ਤਾਰਨ ਜੋਗੇ ਨਹੀਂ ਤੇ ਕਿੱਥੋਂ ਤਾਰੀਏ। ਮੈਂ ਤੇ ਕੋਈ ਮੋਤਬਾਰ ਬੰਦਿਆਂ ਨਾਲ ਕਿਸੇ ਨਾਲ ਜਿਵੇਂ ਖਾਲੜੇ ਦੇ ਮੋਤਬਾਰ ਹੈਗੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਤੁਸੀਂ? ਨਹੀਂ, ਇਹਨੇ ਭਾਵੇਂ ਕੀਤੀ ਹੋਵੇ ਰੋਸ਼ਨ ਨੇ, ਮੈਂ ਨਹੀਂ ਕੋਈ ਗੱਲ ਕੀਤੀ ਕਿਸੇ ਨਾਲ। ਕੀ ਮੰਗ ਕਰਦੇ ਜੋ? ਕਿਉਂਕਿ ਦੇਖੋ ਤੁਹਾਡਾ ਬੱਚਾ ਅਪਾਹਿਜ ਆ, ਇੰਨੀ ਕਮਾਈ ਦਾ ਸਾਧਨ ਉਹਦੇ ਕੋਲ ਕੋਈ ਵੀ ਨਹੀਂ ਹੈਗਾ, ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦਾ ਹੈ। ਹਾਂ ਪੁੱਤ, ਇਹੋ ਮੰਗਿਆ ਵੀ ਸਾਡਾ ਬਿੱਲ ਮਾਫ਼ ਹੋਣਾ ਚਾਹੀਦਾ, ਅਸੀਂ ਗਰੀਬ ਆਦਮੀ ਕਿੱਥੋਂ ਇੰਨਾ ਤਾਰ ਸਕਦੇ।